ਚੱਲ ਪਿਆ ਜੀ ਲਾਈਵ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ। ਓਹੋ ਸੋਰੀ ਸੋਰੀ, ਚੱਲ ਗਿਆ ਲਾਈਵ ਕਿ ਨਹੀਂ ਚੱਲ ਰਿਹਾ? ਚੱਲ ਰਿਹਾ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਹੈਲੋ ਹੈਲੋ, ਕਮੈਂਟ ਲਾਈਵ ਵਿਊਅਰਸ ਆ ਗਿਆ ਜੀ, ਆ ਗਿਆ ਆ ਗਿਆ, ਬਣ ਗਈ ਗੱਲ ਬਣ ਗਈ ਗੱਲ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ, ਮੈਂ ਤੁਹਾਡਾ ਆਪਣਾ ਪਰਮੀਸ਼, ਅਤੇ ਮੇਰੇ ਸਿਰ ਨੂੰ ਨਾ ਅਸਲ 'ਚ ਤੇਲ ਲੱਗਿਆ ਹੋਇਆ, ਅਤੇ ਇਸ ਕਰਕੇ ਮੇਰੇ ਵਾਲ ਐਨ ਜਮਾ ਚਪਕੇ ਹੋਏ ਨੇ। ਜਿੰਨੇ ਵੀ ਸੱਜਣ ਮਿੱਤਰ ਲਾਈਵ ਵੇਖ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇੱਕ ਮਿੰਟ, ਆਹ ਬਣ ਗਈ ਗੱਲ, ਲਾਈਟ ਚੱਲ ਗਈ ਵੀ, ਓਕੇ। ਅਤੇ ਕੱਲ੍ਹ ਨੂੰ ਗਾਣਾ ਆ ਰਿਹਾ ਜੀ, ਗਾਲ ਨਹੀਂ ਕੱਢਣੀ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਪਿਆਰ ਕਰਨ ਵਾਲੇ ਫੈਨਸ ਸਰੋਤੇ, ਅਸਲ 'ਚ ਨਾ ਤੇਲ ਸਾਫ਼ ਕਰ ਲਈਓ। ਹਾਂ, ਸਿਰ ਨੂੰ ਤੇਲ ਲੱਗਿਆ ਜੀ, ਅਤੇ ਕੰਨ ਨੂੰ ਫੋਨ ਨਾ, ਧੁੰਦਲਾ ਹੋ ਗਿਆ ਸਾਰਾ ਕੰਮ। ਕੱਲ੍ਹ ਨੂੰ ਗਾਣਾ ਆ ਰਿਹਾ ਜੀ ਸਵੇਰੇ 10 ਵਜੇ, ਗਾਲ ਨਹੀਂ ਕੱਢਣੀ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਫੈਨਸ ਪਿਆਰ ਕਰਨ ਵਾਲੇ ਸੱਜਣ ਸਰੋਤੇ, ਜਿਨ੍ਹਾਂ ਨੇ ਵੀਡੀਓ ਬਣਾ ਬਣਾ ਕੇ ਭੇਜੀਆਂ ਪਹਿਲਾਂ ਤੋਂ ਹੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਇੰਨਾ ਜ਼ਿਆਦਾ ਪਿਆਰ ਕਰਨ ਲਈ। ਕੱਲ੍ਹ ਨੂੰ ਗਾਣਾ ਆਜੂਗਾ ਜੀ 10 ਵਜੇ ਸਵੇਰੇ, ਅਤੇ ਮੈਂ ਇਹ ਗਾਣਾ ਬਣਾਇਆ ਸੀ ਬੈਰਲਿਨ ਲਾਗਰ ਫੈਸਟੀਵਲ ਦੇ ਵਿੱਚ ਪਰਫੋਰਮ ਕਰਨ ਲਈ। ਉਹ ਗਾਣੇ 'ਚ ਬੜਾ ਵਧੀਆ ਪਿਆਰ ਦਿੱਤਾ, ਉਹ ਦਿੱਲੀ ਪਰਫੋਰਮ ਕੀਤਾ ਸੀ ਅਸੀਂ ਉਹ ਗਾਣਾ, ਅਤੇ ਦਿੱਲੀ ਦੇ ਜਿੰਨੇ ਵੀ ਫੈਨਸ ਸੀਗੇ, ਸਪੋਰਟਰ ਸੀਗੇ, ਉਹਨਾਂ ਨੂੰ ਬੜਾ ਵਧੀਆ ਲੱਗਿਆ। ਅਤੇ ਉਦੋਂ ਬਾਅਦ ਮੈਨੂੰ DM ਆਉਂਦੇ ਰਹੇ, ਕਿਉਂਕਿ ਅਸੀਂ ਸਨੈਪਚੈਟ 'ਤੇ ਪਾਤਾ ਸੀ ਉਹ ਗਾਣਾ, ਤਾਂ ਉਹ ਕਹਿੰਦੇ ਬਾਈ ਯਾਰ ਉਹ ਗਾਲ ਨਹੀਂ ਕੱਢਣੀ, ਗਾਣਾ ਕਦੋਂ ਆਊਗਾ? ਅਤੇ ਮੇਰਾ ਕੋਈ ਮਨ ਐਸਾ ਸੀਗਾ ਨਹੀਂ, ਮੈਂ ਗਾਲ ਨਹੀਂ ਕੱਢਣੀ ਦਾ ਨਾ ਵਲੌਗ ਲਈ ਥੋੜ੍ਹਾ ਜਿਹਾ ਸ਼ੂਟ ਕੀਤਾ ਸੀ ਗਾਣਾ ਕੈਨੇਡਾ ਜਦੋਂ ਮੈਂ ਗਿਆ ਸੀਗਾ, ਅਤੇ ਫਿਰ ਜਦੋਂ ਮੈਸੇਜ ਆਏ ਤਾਂ ਫਿਰ ਮੈਂ ਉਹਦੀ ਪ੍ਰੋਪਰ ਵੀਡੀਓ ਸ਼ੂਟ ਕਰਕੇ ਉਹ ਗਾਣਾ ਰਿਲੀਜ਼ ਕਰ ਰਿਹਾ ਜੀ। ਅਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਪਿਆਰ ਦਿਓਗੇ, ਤੁਹਾਨੂੰ ਵਧੀਆ ਲੱਗੂਗਾ। ਅਤੇ ਇਹ ਗਾਣਿਆਂ ਵਰਗਾ ਗਾਣਾ ਨਹੀਂ, ਇਹ ਸੋਲੀ ਐਂਟਰਟੇਨਮੈਂਟ ਦੇ ਲਈ ਅੱਜ ਕੱਲ੍ਹ ਦੀਆਂ ਆਪਣੀਆਂ ਗੱਲਾਂ ਨੇ ਜੀ, ਯਾਰਾਂ ਦੋਸਤਾਂ ਵਾਲੀਆਂ। ਸੋ ਉਮੀਦ ਕਰਦਾ ਤੁਸੀਂ ਸਾਰੇ ਜਣੇ ਉਹਨਾਂ ਨਾਲ ਕੀ ਕਹਿੰਦੇ ਕਨੈਕਟ ਕਰ ਸਕੋਗੇ ਜੀ। ਅਤੇ ਵਿੱਕੀ ਸੰਧੂ ਵੀ ਸਾਡਾ ਆ ਗਿਆ ਲਾਈਵ, ਅਤੇ ਜਾਸ਼ ਚਾਲ ਸਾਡਾ ਕੈਨੇਡਾ ਵਾਲਾ, ਉਹ ਇੰਗਲੈਂਡ ਵਾਲਾ ਲਾਈਵ ਹੋ ਗਿਆ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਕੈਨੇਡਾ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਫੈਨ ਸੀਗੇ, ਸਪੋਰਟਰ ਸੀਗੇ, ਜਿਹੜੇ ਵੀਰ ਉੱਧਰ ਆਏ ਸਾਨੂੰ ਮਿਲਣ, ਉਹਨਾਂ ਦਾ ਵੀ ਥੈਂਕ ਯੂ। ਅਤੇ ਆਸਟ੍ਰੇਲੀਆ ਚੱਲਿਆ ਜੀ ਮੈਂ, ਕੱਲ੍ਹ ਨੂੰ ਮੇਰੀ ਫਲਾਈਟ ਹੈ, ਸੋ ਮੈਂ ਆਮ ਰੀਲੀ ਐਕਸਾਈਟਡ। ਕੱਲ੍ਹ ਆਸਟ੍ਰੇਲੀਆ ਦੇ ਵਿੱਚ ਇਸ ਫਰਾਈਡੇ ਨੂੰ IV ਕਰਕੇ ਕਲੱਬ ਆ, ਉੱਥੇ ਸ਼ੋਅ ਆ ਭਾਈ ਆਪਣਾ। ਅਤੇ ਕਮਾਲ ਦੀ ਗੱਲ ਇਹ ਹੈ ਕਿ ਮੈਂ IV ਕਦੇ ਦੇਖਿਆ ਨਹੀਂ, ਮੈਂ 9 ਸਾਲ ਰਿਹਾ ਆਸਟ੍ਰੇਲੀਆ, ਅਤੇ ਉਹ 9 ਸਾਲਾਂ 'ਚ ਮੈਂ IV ਨਹੀਂ ਦੇਖਿਆ। ਅਤੇ ਸੁਣਿਆ ਬਹੁਤ ਸੀ ਕਿ ਬੜਾ ਵਧੀਆ ਕਲੱਬ ਹੈ IV ਦੀ, ਦੇ ਕਹਿੰਦੇ ਛੱਤ 'ਤੇ ਪੂਲ ਆ ਕਹਿੰਦੇ, ਅਤੇ ਮੈਂ ਕਦੇ ਗਿਆ ਨਹੀਂ ਉੱਥੇ, ਕਿਉਂਕਿ ਵੀਕਐਂਡ 'ਤੇ ਮੈਂ ਕੰਮ ਕਰਦਾ ਹੁੰਦਾ ਸੀ। ਹੁਣ ਮੈਂ ਪਹਿਲੀ ਵਾਰੀ IV ਦੇਖੂ, ਉੱਥੇ ਮੇਰਾ ਸ਼ੋਅ ਹੋਊਗਾ। ਸੋ ਪਰਮਾਤਮਾ ਦਾ ਧੰਨਵਾਦ, ਤੁਹਾਡਾ ਸਾਰਿਆਂ ਦਾ ਧੰਨਵਾਦ। ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਆਸਟ੍ਰੇਲੀਆ ਦੇ ਟੂਰ ਨੂੰ ਲੈ ਕੇ, ਕਿਉਂਕਿ ਆਪਣੇ ਹੀ ਵਾਪਸ ਸਿਡਨੀ ਜਾ ਕੇ ਉੱਥੇ ਸ਼ੋਅ ਕਰਨਾ ਆਪਣੇ 'ਚ ਮੈਨੂੰ ਲੱਗਦਾ ਮੇਰੇ ਲਈ ਬੜੀ ਵੱਡੀ ਅਚੀਵਮੈਂਟ ਹੈ। ਅਤੇ ਉਦੋਂ ਬਾਅਦ ਉਹ ਮੇਰੀ ਫੇਕ IDਤੋਂ ਮੈਨੂੰ ਮੈਸੇਜ ਆ ਗਿਆ, ਪਰਮੀਸ਼ ਵਰਮਾ ਦਾ ਥੱਲੇ ਮੈਸੇਜ ਆਇਆ, ਹੈਲੋ ਬ੍ਰਦਰ ਕਹਿੰਦਾ। ਅਤੇ ਇੱਕ ਤਾਂ ਯਾਰ ਫੇਕ IDਾਂ ਵਾਲੇ, ਪਲੀਜ਼ ਯਾਰ ਵੀਰੇ ਐਂ ਨਾ ਕਿਹਾ ਕਰੋ ਕਿ ਤੁਸੀਂ ਆਓ ਆਰਟਿਸਟ ਹੀ ਹੋ, ਵੈਸੇ ਕਹਿ ਦਿਆ ਕਰੋ ਕਿ ਯਾਰ ਮੈਂ ਉਹਦਾ ਫੈਨ ਆਇਆ, ਉਹਦਾ ਉਹਨੂੰ ਪਿਆਰ ਕਰਦਾ ਜਿਵੇਂ ਵੀ। ਅਤੇ ਮੈਲਬਰਨ ਵੀ ਸ਼ੋਅ ਹੈ ਜੀ, ਮੈਲਬਰਨ ਹੈਗਾ ਸ਼ੋਅ ਨੈਕਸਟ ਵੀਕਐਂਡ 'ਤੇ ਮੇਰੇ ਖਿਆਲ ਨਾਲ 17 ਤਰੀਕ ਨੂੰ ਜੀ। ਅਤੇ ਮੈਲਬਰਨ ਵਾਲੇ ਸ਼ੋਅ ਦਾ ਮੈਨੂੰ ਐਗਜੈਕਟ ਲੋਕੇਸ਼ਨ ਨਹੀਂ ਪਤਾ, ਪਰ ਪੋਸਟਰ ਮੈਂ ਸ਼ੇਅਰ ਕੀਤਾ ਸੀ, ਤੁਹਾਨੂੰ ਪਤਾ ਹੋਊਗਾ ਜੀ। ਅਮਰੀਕ ਹੋਣੀ ਨੇ ਬਾਈ ਹੋਣੀ ਜੋ ਉਹ ਸ਼ੋਅ 'ਚ ਹੈਲਪ ਕਰ ਰਹੇ ਨੇ ਗੌਰਵ ਹੋਰਾਂ ਦੀ, ਅਤੇ ਬਾਕੀ ਡਿਟੇਲ ਹੈਗੀ ਆ। ਕਹਿੰਦਾ ਗੋਲਡੀ ਅਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ, ਜਿੱਥੋਂ ਤੱਕ ਇਹ ਆਉਂਦਾ ਸੀਗਾ ਥੋੜ੍ਹਾ ਬਹੁਤਾ ਗਾ ਲਿਆ। ਹਾਂ ਬਣ ਗਈ ਗੱਲ, ਲੱਗਿਆ ਜੇ ਚੰਗਾ ਸਿਰ ਮੱਥੇ ਪਰਵਾਣਿਆ, ਮਾੜਾ ਲੱਗਿਆ ਤਾਂ ਕੀ ਹੱਲਣੀ ਮੇਰੀ ਜਾਣਿਆ, ਅਗਲੇ ਗਾਣੇ 'ਚ ਆਪਾਂ ਐਂਡ ਕਰ ਛੱਡਣੀ। ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਪਰ ਗਾਲ ਨਹੀਂ ਕੱਢਣੀ। ਸੋ ਵਿੱਕੀ ਗੱਲ, ਸਾਡੇ ਭਰਾ ਨੇ ਗਾਣਾ ਲਿਖਿਆ ਜੀ, ਦੇਸੀ ਕਰੂ ਦਾ ਮਿਊਜ਼ਿਕ ਹੈ, ਸਪੀਡ ਰੈਕਡ ਤੋਂ ਗਾਣਾ ਆ ਰਿਹਾ, ਵੀਡੀਓ ਪਰਮੀਸ਼ ਵਰਮੇ ਨੇ ਕੀਤੀ ਹੈ। ਅਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਪਿਆਰ ਦਿਓਗੇ ਜੀ। ਅਤੇ ਹਮੇਸ਼ਾ ਵਾਂਗੂ ਮੇਰੇ ਜਿਹੜੇ ਗਾਣੇ ਹੁੰਦੇ ਨੇ ਉਹ ਸਾਰੇ ਮੈਂ ਆਪਣੇ ਫੈਨਸ ਨੂੰ ਹੀ ਡੈਡੀਕੇਟ ਕਰਦਾ, ਸੋ ਇਹ ਤੁਹਾਡੇ ਕਰਕੇ ਹੀ ਹੈ ਜੀ। ਕਿਉਂਕਿ ਕਹਿੰਦਾ ਗਾਉਣ ਦਾ ਨਾ ਚੱਜ ਮੈਨੂੰ ਆਉਣ ਨਾ ਗਰਾਰੀਆਂ, ਸਿੱਧਾ ਸਿੱਧਾ ਗਾਵਾਂ ਤਾਂ ਵੀ ਵੱਜਦੀਆਂ ਤਾੜੀਆਂ। ਅਤੇ ਉਮੀਦ ਕਰਦਾ ਤੁਹਾਡੇ ਕਰਕੇ ਹੀ ਗਾਣਾ ਕੀਤਾ, ਤੁਹਾਡੇ ਕਰਕੇ ਹੀ ਕੀ ਕਹਿੰਦੇ ਨੇ ਅਸੀਂ ਵੀ ਹਾਂ ਵੀਰੇ ਸਾਡਾ ਵੀ ਨਾਮ ਲੈ ਦਿਆ ਕਰ ਸੰਦੀਪ ਵੀਰਾ। ਲਓ ਵੀਰੇ ਰਾਜਵੀਰ ਸਿੰਘ ਮੁੰਦੀ ਵੀਰਾ, ਅਤੇ ਇੱਕ ਮਿੰਟ ਜੀ, ਖੁਸ਼ੀ ਬਹੁਤ ਹੁੰਦੀ ਆ ਵੀਰੇ ਕਿਸੇ ਸਟਾਰ ਦੇ ਮੂੰਹ ਆਪਣਾ ਨਾਂ ਸੁਣ ਕੇ। ਪਹਿਲੀ ਗੱਲ ਤਾਂ ਸੰਦੀਪ ਨਾਗਰੇ ਬਾਈ, ਮੈਂ ਸਟਾਰ ਨਹੀਂ, ਮੈਂ ਜਿਵੇਂ ਸੰਦੀਪ ਨਾਗਰਾ ਉਵੇਂ ਪਰਮੀਸ਼ ਵਰਮਾ, ਤਾਂ ਆਪਾਂ ਇੱਕੋ ਜਿਹੇ ਹਾਂ ਦੋਨੋਂ ਜਣੇ। ਅਤੇ ਧੰਨਵਾਦ ਤੁਹਾਡਾ ਵੀਰੇ, ਤੁਸੀਂ ਮੈਨੂੰ ਇੰਨਾ ਮਾਣ ਦਿੱਤਾ।
ਅਨਿਲ ਭਾਜੀ ਕਹਿੰਦੇ ਕਿ ਬਾਈ ਬਾਲੀਵੁੱਡ ਮੇ ਟਰਾਈ ਕਰੋ ਪਲੀਜ਼। ਉਹ ਜਦੋਂ ਬੁਲਾਉਣਗੇ ਬਾਈ ਬਾਲੀਵੁੱਡ ਵਾਲੇ ਚੱਲ ਜਾਂਗੇ ਆਪਣਾ ਤਾਂ ਵਧੀਆ। ਮੈਂ ਆਪਦੀ ਇੰਟਰਵਿਊ 'ਚ ਵੀ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਜਦੋਂ ਮੈਂ ਪਹਿਲਾਂ ਬੰਬੇ ਸੀਗਾ ਮੈਂ ਵਾਪਸ ਇਸੇ ਕਰਕੇ ਆਇਆ ਸੀ ਕਿਉਂਕਿ ਬਚਾ ਕੇ ਆਟੋਆ, ਅਤੇ ਇਸ ਕਰਕੇ ਕਿ ਮੈਨੂੰ ਆਇਆ ਸੀ ਯਾਰ ਕਿ ਆਪਾਂ ਆਪਣੇ ਬੰਦਿਆਂ 'ਚ ਆਪਣੀ ਭਾਸ਼ਾ 'ਚ ਕੰਮ ਕਰਕੇ ਖੁਸ਼ ਹਾਂ। ਅਤੇ ਪੰਜਾਬ 'ਚ ਐਕਟਿੰਗ ਸੋਰੀ ਗੈਰੀ ਵਿਰਕ ਵੀਰਾ ਕਹਿੰਦਾ ਬਹੁਤ ਘੈਂਟ ਆ ਜੀ ਸੌਂਗ, ਮੈਂ ਸੁਣ ਲਿਆ ਵਿਰਕ ਸਾਹਿਬ, ਬਸ ਠੀਕ ਆ ਵੀਰੋ। ਅਤੇ ਉਹ ਗਾਣਾ ਆਏ ਆ ਕਿ ਆਪਣਾ ਉਹ ਕਿਹੜਾ ਸ਼ੁਰੂ ਕਿਵੇਂ ਹੁੰਦਾ, ਹਾਂ ਹੋ ਕਈਆਂ ਦੀ ਤਾਂ ਸੋਚ ਹੁੰਦੀ ਯਾਰੀ ਵਿੱਚ ਚੀਟ ਦੀ, ਪਰ ਸਾਡੀ ਯਾਰੀ ਜਿਵੇਂ ਰੋਡ ਕੰਕਰੀਟ ਦੀ, ਤੀਹਾਂ ਦਾ ਪਵਾ ਕੇ ਤੇਲ ਚੱਕ ਲਈਏ ਵੀਕਲਾਂ, ਹੋ ਬੇਬੇ ਕਹਿੰਦੀ ਹਟਣਾ ਨੀ ਜਿੰਨਾ ਮਰਜ਼ੀ ਮੈਂ ਚੀਕ ਲਾਂ, ਲੰਮੀ ਹੁੰਦੀ ਜਾਂਦੀ ਆ ਲਿਸਟ ਯਾਰੋ ਨਾਈ ਦੀ, ਸੌਦੇ ਨਾਲੋਂ ਮਹਿੰਗੀ ਕਦੇ ਐਨਕ ਨੀ ਲਾਈ ਦੀ, ਆਈ ਉੱਤੇ ਆ ਗਏ ਉਦੋਂ ਹਿੰਡ ਨੀ ਉਹ ਛੱਡਣੀ, ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨੀ ਕੱਢਣੀ, ਉਹ ਕੰਮ ਹੋਵੇ ਜਾਂ ਨਾ ਹੋਵੇ ਰੋਜ਼ ਗੇੜੇ ਹੁੰਦੇ ਸ਼ਹਿਰ ਦੇ, ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ, ਕਈ ਨੇ ਸ਼ਰਾਬੀ ਕਈ ਯਾਰ ਜਿੰਮ ਵਾਲੇ ਆ, ਕਈ ਨੇ ਸ਼ਰੀਫ ਕਈ ਬਾਲੀ ਮੇਰੇ ਸਾਲੇ ਆ, ਹੁਸਨ ਬਥੇਰਾ ਕੁਛ ਹੋਈਏ ਵੇਖ ਵੇਖ ਕੇ, ਮੱਲੋ ਮੱਲੀ ਆਉਂਦਾ ਏ ਗਲੋ ਸਾਡੇ ਫੇਸ ਤੇ, ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਧਣੀ, ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨੀ ਕੱਢਣੀ। ਸੋ ਉਮੀਦ ਕਰਦਾ ਤੁਹਾਨੂੰ ਗਾਣਾ ਵਧੀਆ ਲੱਗੂਗਾ ਜੀ, ਅਤੇ ਬਾਕੀ ਧੱਕ ਪੈਂਦੀ ਰਹੂਗੀ ਜਿੰਨੀ ਦੇਰ ਤੁਸੀਂ ਨਾਲ ਖੜ੍ਹੇ ਹੋ ਸਾਰੇ ਜਾਣੇ। ਸੋ ਕੱਲ੍ਹ ਨੂੰ ਸਵੇਰੇ ਫੋਨ ਰੀਚਾਰਜ ਕਰ ਲਿਓ ਵੀਰੋ, ਅਤੇ ਜਿਹਨੇ ਇੰਟਰਨੈਟ ਪੈਕ ਪਵਾਉਣਾ ਉਹ ਪਵਾਲੇ, ਫੋਨ ਚਾਰਜ ਰੱਖਿਓ ਬੈਟਰੀਆਂ ਦੋ ਤਿੰਨ ਵਾਰੀ, ਤਾਂ ਵੀਡੀਓ ਦੇਖੋਗੇ ਤੁਸੀਂ ਬੜੀਆਂ ਕਲੋਲਾਂ ਨੇ ਵੀਡੀਓ, ਵਧੀਆ ਪਰਫੋਰਮੈਂਸ ਗਾਣੇ ਦੇ ਵਿੱਚ ਸਿੰਕ ਬੇਸਡ ਅਸੀਂ ਵੀਡੀਓ ਰੱਖੀ ਆ, ਪਲੱਸ ਗਾਣੇ 'ਚ ਅਸੀਂ VFX ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹਨੂੰ ਅਸੀਂ ਡਿਜੀਟਲ ਡਰਾਇੰਗ ਹੁੰਦੀ ਆ ਇੱਕ ਆਪਣੀ ਕਿਹੜਾ ਸੋਫਟਵੇਅਰ ਹੁੰਦਾ ਉਹ ਆਫਟਰ ਇਫੈਕਟ ਸੋਫਟਵੇਅਰ, ਜਿਹੜਾ ਪੰਮੇ ਨੇ ਸਾਰੀ ਕੀ ਕਹਿੰਦੇ ਨੇ VFX ਕੀਤੀ ਹੈ। ਸੋ ਪੰਮਾ ਜਿਹੜਾ ਮਿਹਨਤੀ ਮੁੰਡਾ ਜੀ, ਇਹਨੇ 4-5 ਰਾਤਾਂ ਲਾ ਕੇ ਉੱਤੇ ਕੰਮ ਕੀਤਾ, ਸੋ ਅਸੀਂ ਕੁਛ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਆ, ਉਮੀਦ ਕਰਦਾ ਅਸੀਂ ਸਾਰੇ ਜਾਣੇ ਪਿਆਰ ਕਰੋਗੇ, ਪਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਕਿ ਗਾਲ ਨਹੀਂ ਕੱਢਣੀ। ਓ ਧੱਕੇ ਨਾਲ ਲਿਖਾਇਆ ਗੀਤ ਯਾਰ ਵਿੱਕੀ ਗਿੱਲ ਤੋਂ, ਸੀਰੀਅਸ ਹੋ ਕੇ ਲਿਖ ਦਿੱਤਾ ਉਹਨੇ ਦਿਲ ਤੋਂ, ਗੋਲਡੀ ਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ, ਜਿੱਥੋਂ ਤੱਕ ਆਉਂਦਾ ਸੀਗਾ ਥੋੜਾ ਬਹੁਤਾ ਗਾ ਲਿਆ। ਤੇ ਹੋਰ ਵੀ ਸਾਰੇ ਜਾਣਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ, ਬੈਸਟ ਵਿਸ਼ਸ, ਤੇ ਗੋਡ ਬਲੈਸ ਯੂ। ਆਪਦਾ ਤੁਸੀਂ ਕੱਲ ਸਵੇਰੇ ਭਾਈ ਫੋਨ ਰੈਡੀ ਕਰਕੇ ਆਪਦਾ, ਤੇ ਗਾਣਾ ਵੇਖਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ, ਤੇ ਆਡੀਓਸ, ਸੀ ਯੂ ਲੇਟਰ, ਤੇ ਕੱਲ ਨੂੰ ਮਿਲਦੇ ਹਾਂ ਜੀ ਸਵੇਰੇ 10 ਵਜੇ।